ਵੀਡੀਓ ਮਨੀਪੁਰ ਦੀ ਹੈ, ਜਿਸ ਵਿੱਚ 9 ਸਾਲ ਦੀ ਬੱਚੀ ਅਲੈਂਗ ਬਾਮ ਵੈਲਨੇਟੀਨਾ ਫੁੱਟ ਫੁੱਟ ਕੇ ਰੋਂਦੀ ਨਜ਼ਰ ਆ ਰਹੀ ਹੈ। ਦਰਅਸਲ ਇਸ ਬੱਚੀ ਦੇ ਰੋਣ ਦਾ ਕਾਰਨ ਇਹ ਹੈ ਕਿ ਇਸਨੇ 4 ਸਾਲ ਪਹਿਲਾਂ ਘਰ ਦੇ ਬਾਹਰ ਆਪਣੇ ਹੱਥੀਂ 2 ਪੌਦੇ ਲਗਾਏ ਸੀ, ਜਿਨ੍ਹਾਂ ਨੂੰ ਅਲੈਂਗ ਬਾਮ ਹਰ ਰੋਜ਼ ਪਾਣੀ ਦੇ ਕੇ ਉਹਨਾਂ ਦੀ ਦੇਖਭਾਲ ਕਰਦੀ ਸੀ। ਇਹ ਪੌਦੇ ਵੱਡੇ ਹੋਣ ਤੋਂ ਬਾਅਦ ਅਚਾਨਕ ਸੜਕ ਨੂੰ ਚੌੜੀ ਬਣਾਉਣ ਲਈ ਇਹਨਾਂ ਦਰੱਖਤਾਂ ਨੂੰ ਕੱਟ ਦਿੱਤਾ ਗਿਆ। ਇਸੇ ਦੁੱਖ ਵਿੱਚ ਬੱਚੀ ਨੇ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ। 10 ਦੀਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀ ਹੈ, ਪਰ ਇਸੇ ਦੌਰਾਨ ਜਦੋਂ ਇਹ ਵੀਡੀਓ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਕੋਲ ਪਹੁੰਚੀ ਤਾਂ ਉਹਨਾਂ ਨੇ ਬੱਚੀ ਦਾ ਪੌਦਿਆਂ ਪ੍ਰਤੀ ਇੰਨਾ ਪਿਆਰ ਦੇਖ ਕੇ ਉਸ ਨੂੰ ਗ੍ਰੀਨ ਮਣੀਪੁਰ ਮਿਸ਼ਨ ਦਾ ਅੰਬੈਸਡਰ ਬਣਾ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਇਹ ਬੱਚੀ ਰਾਜ ਦੇ ਲੋਕਾਂ ਲਈ ਮਿਸਾਲ ਬਣ ਸਕਦੀ ਹੈ। ਉੱਥੇ ਹੀ ਅਲੈਂਗ ਬਾਮ ਵੈਲਨੇਟੀਨਾ ਦੇ ਮਾਤਾ ਪਿਤਾ ਨੇ ਵੀ ਆਪਣੀ ਬੱਚੀ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੀ ਧੀ ਨੂੰ ਮੁੱਖ ਮੰਤਰੀ ਵੱਲੋਂ ਗ੍ਰੀਨ ਅੰਬੈਸਡਰ ਬਣਾਇਆ ਗਿਆ। ਬਿਊਰੋ ਰਿਪੋਰਟ, ਸਪੋਕਸਮੈਨ TV।